ਅਸੀਂ ਅਕਸਰ ਹੀ ਟੀਵੀ ਤੇ ਸੋਸ਼ਲ ਮੀਡੀਆ ਤੇ ਦਿੱਲੀ ਸਰਕਾਰ ਤੇ ਪੂਸ਼ਾ ਵੱਲੋਂ ਇੱਕ ਵਿਗਿਆਪਨ ਜ਼ਰੂਰ ਦੇਖਿਆ ਹੋਵੇਗਾ ਜਿਸ ਵਿੱਚ ਉਹ ਘੱਟ ਖਰਚੇ ਤੇ ਪਰਾਲੀ ਦਾ ਨਿਬੇੜਾ ਕਰਨ ਦੇ ਦਾਅਵੇ ਕਰਦੇ ਨੇ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਇਹਨਾਂ ਦਾਅਵਿਆਂ ਵਿੱਚ ਖਾਮੀਆਂ ਵੱਲ ਇਸ਼ਾਰਾ ਕੀਤਾ ਹੈ ਪੰਜਾਬ ਖੇਤੀ ਯੂਨੀਵਰਸਿਟੀ ਦੇ ਬੇਸ਼ੱਕ ਸਾਇੰਸ ਡਿਪਾਰਟਮੈਂਟ ਦੇ ਡੀਨ ਅਤੇ ਉਹਨਾਂ ਦੀ ਪੂਰੀ ਟੀਮ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਤਕਨੀਕ ਕਿਸਾਨਾਂ ਲਈ ਮਹਿੰਗੀ ਸਾਬਤ ਹੋ ਸਕਦੀ ਹੈ ਇਸ ਦੇ ਨਾਲ ਪਾਣੀ ਵੀ ਵੱਧ ਖੇਤ ਵਿੱਚ ਲਾਉਣਾ ਪਵੇਗਾ ਟਰੈਕਟਰ ਵੀ ਦੋ ਵਾਰ ਚਲਾਉਣਾ ਪਵੇਗਾ ਜਿਸ ਨਾਲ ਪਰਾਲੀ ਦੇ ਨਿਬੇੜੇ ਤੇ ਕਿਸਾਨਾਂ ਲਈ ਵੱਧ ਖਰਚਾ ਪੈ ਸਕਦਾ ਹੈ ਉਹਨਾਂ ਕਿਹਾ ਕਿ ਇਸ ਤਕਨੀਕ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੀ ਪ੍ਰਯੋਗ ਕਰ ਰਹੀ ਹੈ ਪਰ ਇਸ ਦੇ ਨਤੀਜੇ ਕਿੰਨੇ ਕੁ ਕਾਰਗਰ ਸਾਬਤ ਹੋਣਗੇ ਇਹ ਦੱਸਣਾ ਮੁਸ਼ਕਲ ਹੈ ਤਕਨੀਕ ਦੀ ਖਾਮੀਆਂ ਦੱਸਦੇ ਕਾਲਜ ਆਫ ਬੇਸਿਕ ਸਾਇੰਸ ਦੇ ਡੀਨ ਡਾਕਟਰ ਸ਼ਮੀ ਕਪੂਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬੀਤੇ 4 ਸਾਲ ਤੋਂ ਪਰਾਲੀ ਦੇ ਨਿਬੇੜੇ ਲਈ ਇੱਕ ਪ੍ਰੋਜੈਕਟ ਚਲਾ ਰਹੀ ਹੈ ਜਿਸ ਦੇ ਤਹਿਤ ਉਹਨਾਂ ਦੀ ਸੋਚ ਸੀ ਕਿ ਝੋਨਾ ਵੱਢਣ ਤੋਂ ਬਾਅਦ ਕਿਸਾਨ ਖੇਤਾਂ ਵਿੱਚ ਪਰਾਲੀ ਉਸੇ ਤਰ੍ਹਾਂ ਪਈ ਰਹਿਣ ਅਤੇ ਜਿਸ ਤੋਂ ਬਾਅਦ ਜਦੋਂ ਕਣਕ ਬੀਜੀ ਜਾਣੀ ਹੈ ਤਾਂ ਸੁਪਰ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਉਸ ਵੇਲੇ ਨਾ ਸਿਰਫ ਮਿੱਟੀ ਵਿੱਚ ਮਿਲਾਇਆ ਜਾਵੇ ਸਗੋਂ ਉਸਦੇ ਰਸਾਇਣਾਂ ਅਦਾ ਛਿੜਕਾਅ ਕਰਕੇ ਉਸਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇ ਤੇ ਨਾਲ ਹੀ ਸੀਡਰ ਰਾਹੀ ਕਣਕ ਵੀ ਨਾਲ ਦੀ ਨਾਲ ਬੀਜੀ ਜਾ ਸਕੇ ਜੀ ਬਹੁਤ ਵਧੀਆ ਤੁਹਾਡਾ ਸਵਾਲ ਹੈ ਜਿਹੜਾ ਤੁਸੀਂ ਜਿਵੇਂ ਪੁੱਛਿਆ ਵੀ ਪੂਸਾ ਕੈਪਸੂਲ ਹੈ ਪੂਸਾ ਡੀਕੰਪੋਜ਼ਰ ਜਿਹਦਾ ਨਾਮ ਹੈ ਉਹ ਵੀ ਆਈ ਜੀਵਾਣੂ ਦਾ ਇੱਕ ਮਿਸ਼ਰਣ ਹੈ ਜਿਹੜਾ ਕਿ ਉਹਨਾਂ ਨੇ ਤਿਆਰ ਕੀਤਾ ਹੁਣ ਉਹਦੇ 'ਚ ਜਿਹੜੀ ਟੈਕਨੋਲੋਜੀ ਉਹਨਾਂ ਨੇ ਦਿੱਤੀ ਹੈ ਉਹ ਥੋੜ੍ਹੀ ਸਾਡੀ ਟੈਕਨੋਲੋਜੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਸੀ ਉਹਦੇ ਤੋਂ ਥੋੜ੍ਹਾ ਜਿਹਾ ਅੰਤਰ ਹੈ ਉਹਦੇ 'ਚ ਉਸ ਟੈਕਨੋਲੋਜੀ ਦੇ ਵਿੱਚ ਜਿਹੜਾ ਆਪਾਂ ਜੀਵਾਣੂ ਦਾ ਘੋਲ ਤਿਆਰ ਕੀਤਾ ਉਹਨੂੰ ਆਪਾਂ ਝੋਨਾ ਵੱਢਣ ਤੋਂ ਬਾਅਦ ਜਿਹੜੀ ਖੇਤ ਦੇ ਵਿੱਚ ਪਰਾਲੀ ਪਈ ਹੈ ਉਸੇ ਮੌਕੇ 'ਤੇ ਛਿੜਕਾਅ ਕਰਕੇ ਕਰ ਦੇਣਾ ਕਰਨ ਤੋਂ ਬਾਅਦ ਕੋਈ ਵੀ ਰੋਟਾਵੇਟਰ ਜਾਂ ਕੋਈ ਵੀ ਇਹੋ ਜਿਹਾ ਜਿਹੜਾ ਆਪਾਂ ਯੰਤਰ ਹੈ ਚਲਾ ਕੇ ਟਰੈਕਟਰ ਨਾਲ ਉਹਨੂੰ ਸਾਰੇ ਪਰਾਲੀ ਨੂੰ ਆਪਾਂ ਮਿੱਟੀ ਦੇ ਵਿੱਚ ਮਿਲਾਉਣਾ ਰਲਾਉਣਾ ਸੋ ਇੱਕ ਤਾਂ ਉਦੋਂ ਆਪਾਂ ਰਲਾ ਕੇ ਉਹਨੂੰ ਜਦੋਂ ਛੱਡਦੇ ਹੈ ਜਿਹੜਾ ਅੰਤਰ ਹੈ ਝੋਨੇ ਦੀ ਕਟਾਈ ਤੋਂ ਬਾਅਦ ਅਤੇ ਕਣਕ ਦੀ ਬਿਜਾਈ ਦੇ ਵਿੱਚ ਜਿਹੜਾ ਕਿ ਲਗਭਗ 20-25 ਦਿਨ ਕਹਿੰਦੇ ਆਪਾਂ ਉਸ ਦੌਰਾਨ ਵੀ ਉਹ ਗਲ ਜੂਗਾ ਪਰ ਉਹਦੇ ਵਿੱਚ ਇੰਨਾ ਜ਼ਰੂਰ ਹੈ ਵੀ ਕਿਉਂਕਿ ਟਰੈਕਟਰ ਚਲਾਉਣਾ ਪੈਂਦਾ ਤਾਂ ਉਹਦੇ 'ਤੇ ਥੋੜ੍ਹਾ ਖਰਚਾ ਆਏਗਾ ਫਿਰ ਖੇਤ ਦੇ ਵਿੱਚ ਤੁਹਾਨੂੰ ਖੇਤ ਵੱਤਰ ਵੀ ਰੱਖਣਾ ਪੈਂਦਾ ਉਹ ਤੁਹਾਨੂੰ ਉਹਦੇ ਵਿੱਚ ਇਰੀਗੇਸ਼ਨ ਲਾਉਣੀ ਪਏਗੀ ਤਾਂ ਪਾਣੀ ਦਾ ਵੀ ਤੁਹਾਨੂੰ ਉਹਦੇ 'ਚ ਖੇਤ ਚਲਾਉਣਾ ਪਏਗਾ ਸਾਡੀ ਕੋਸ਼ਿਸ਼ ਸੀ ਵੀ ਅਸੀਂ ਉਹ ਜਿਹੜਾ ਸਟੈਪ ਹੈ ਨਾ ਕਰੀਏ ਤਾਂ ਕਿ ਉਹ ਖਰਚਾ ਬਚ ਸਕੇ ਤਾਂ ਪਹਿਲੋਂ ਪਰਾਲੀ ਉੱਪਰ ਪਈ ਪੋਲੀ ਹੋ ਜੇ ਅਤੇ ਆਪਾਂ ਇੱਕੋ ਵਾਰ ਉਦੋਂ ਹੀ ਟਰੈਕਟਰ ਚਲਾਈਏ ਜਦੋਂ ਆਪਾਂ ਉਹਦੀ ਬਿਜਾਈ ਕਰਨੀ ਹੈ ਹੈਪੀ ਸੀਡਰ ਨਾਲ ਜਾਂ ਸੁਪਰ ਸੀਡਰ ਨਾਲ ਸਰ ਕਿਸਾਨਾਂ ਦਾ ਇੱਕ ਮੇਨ ਸਵਾਲ ਇਹੀ ਹੈ ਕਿਉਂਕਿ ਸਮੱਸਿਆ ਜਿਹੜੀ ਹੈ ਉਹਨਾਂ ਦੀ ਤਾਂ ਹੀ ਹੈ ਕਿਉਂਕਿ ਕਿਸਾਨ ਕਹਿੰਦੇ ਨੇ ਵੀ ਉਹਨਾਂ ਕੋਲ ਪਰਾਲੀ ਦੇ ਪ੍ਰਬੰਧਨ ਲਈ ਪੈਸੇ ਨਹੀਂ ਹੈਗੇ ਉਹਨਾਂ ਕੋਲ ਇਹਦੀ ਪੈਸੇ ਦੀ ਸਮੱਸਿਆ ਹੈ ਕਿ ਉਹ ਪ੍ਰਬੰਧਨ 'ਤੇ ਬਹੁਤਾ ਖਰਚ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਜੋ ਕਿ ਕਿਸਾਨਾਂ ਦਾ ਤਰਕ ਹੈ ਸਰਕਾਰ ਨੂੰ ਸਰ ਯੂਨੀਵਰਸਿਟੀ ਵੱਲੋਂ ਰੈਕਮੈਂਡ ਕੀਤਾ ਜਾਂਦਾ ਹੈ ਕਿ ਤੁਸੀਂ ਜਿੱਦਾਂ ਹੈਪੀ ਸੀਡਰ ਹੈ ਸੁਪਰ ਸੀਡਰ ਹੈ ਜਾਂ ਤੁਸੀਂ ਉਹ ਵਰਤ ਸਕਦੇ ਹੋ ਸਰ ਤੁਹਾਡੇ ਵੱਲੋਂ ਕੀ ਰੈਕਮੈਂਡੇਸ਼ਨ ਹੈ ਕਿ ਕਿਸਾਨਾਂ ਨੂੰ ਕਿਉਂਕਿ ਲਗਾਤਾਰ ਜਿਹੜੀ ਹੈ ਬੀਤੇ ਦਿਨ ਵੀ ਕਿਸਾਨਾਂ ਵੱਲੋਂ ਅੱਗ ਲਾਈ ਗਈ ਹੈ ਪਰਾਲੀ ਨੂੰ ਬਹੁਤਿਆਂ ਦੇ ਮਾਮਲੇ ਵੀ ਦਰਜ ਹੋਏ ਹੈ ਤੁਹਾਡੇ ਵੱਲੋਂ ਸਰ ਯੂਨੀਵਰਸਿਟੀ ਵੱਲੋਂ ਕੀ ਰੈਕਮੈਂਡੇਸ਼ਨ ਹੈ ਕਿਸਾਨਾਂ ਨੂੰ ਦੇਖੋ ਰੈਕਮੈਂਡੇਸ਼ਨ ਤਾਂ ਯੂਨੀਵਰਸਿਟੀ ਵੱਲੋਂ ਹਜੇ ਫੋਰਮਲ ਤਰੀਕੇ 'ਤੇ ਕਿਸਾਨਾਂ ਲਈ ਆਊਗੀ ਅਸੀਂ ਉਹਦੇ 'ਤੇ ਕੰਮ ਕਰ ਰਹੇ ਹਾਂ ਇਹਦੇ ਵਿੱਚ ਮੈਂ ਆਹ ਵੀ ਦੱਸਣਾ ਚਾਹੂੰਗਾ ਜਿਹੜਾ ਐਤਕੀ ਹੈ ਸਾਡੇ ਤਜੁਰਬੇ ਹੈ ਅਸੀਂ ਆਪਦੇ ਘੋਲ ਦੇ ਨਾਲ ਨਾਲ ਜੀਵਾਣੂ ਦੇ ਨਾਲ ਨਾਲ ਅਸੀਂ ਜਿਹੜਾ ਪੂਸਾ ਡੀਕੰਪੋਜ਼ਰ ਜੋ ਰੈਕਮੈਂਡੇਸ਼ਨ ਜਿਹੜੀ ਟੈਕਨੋਲੋਜੀ ਉਹਨਾਂ ਨੇ ਕੀਤੀ ਹੈ ਉਹਦੇ 'ਤੇ ਵੀ ਅਸੀਂ ਤਜੁਰਬੇ ਨਾਲ ਲਾਏ ਹੈ ਜਿਹੜੇ ਕਿ ਨਾ ਸਿਰਫ ਇੱਥੇ PAU 'ਚ ਲੱਗੇ ਹੈ ਵੱਖ ਵੱਖ ਜ਼ਿਲ੍ਹਿਆਂ 'ਚ ਵੀ ਅਸੀਂ ਲਾਏ ਹੈ ਆਪਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਤੇ ਸੋ ਇਹਦੇ 'ਤੇ ਬੜੀ ਡਿਟੇਲ ਦੇ ਵਿੱਚ ਖੋਜ ਸਾਡੀ ਚੱਲ ਰਹੀ ਹੈ ਅਤੇ ਅਸੀਂ ਜ਼ਿਮੀਂਦਾਰਾਂ ਲਈ ਕੁਛ ਨਾ ਕੁਛ ਅੱਗੇ ਲੈ ਕੇ ਆ ਰਹੇ ਪਰ ਮੈਂ ਨਾਲ ਹੀ ਦੱਸਣਾ ਚਾਹਾਂਗਾ ਜਿਵੇਂ ਤੁਹਾਡਾ ਗੱਲ ਆਈ ਸੀ ਵੀ ਅਸੀਂ ਸਿਫਾਰਿਸ਼ ਕੀਤਾ ਹੋਇਆ ਹੈਪੀ ਸੀਡਰ ਤਾਂ ਇਵੇਂ ਪਿਛਲੇ ਸਾਲ ਤੋਂ ਅਸੀਂ ਜਿਵੇਂ ਦੂਸਰੀ ਇੱਕ ਮਸ਼ੀਨ ਜਿਹੜੀ ਅੱਜ ਕੱਲ੍ਹ ਕਾਫੀ ਪਾਪੂਲਰ ਹੋ ਰਹੀ ਹੈ ਸਾਡੀ ਉਹ ਹੈ ਜਿਹੜੀ ਕਿ ਸੁਪਰ ਸੀਡਰ ਇੱਕ ਮਸ਼ੀਨ ਮਾਰਕੀਟ ਦੇ ਵਿੱਚ ਅੱਜ ਕੱਲ੍ਹ ਕਾਫੀ ਪਾਪੂਲਰ ਹੈ ਤਾਂ ਅਸੀਂ ਪਿਛਲੇ ਸਾਲ ਤੋਂ ਸੁਪਰ ਸੀਡਰ ਨਾਲ ਵੀ ਅਸੀਂ ਪਿਛਲੇ ਸਾਲ ਆਪਦਾ ਘੋਲ ਜਿਹੜਾ ਸੀ ਉਹ ਜੀਵਾਣੂ ਘੋਲ ਅਸੀਂ ਟਰਾਈ ਕੀਤਾ ਸੀ ਕਿਉਂਕਿ ਸੁਪਰ ਸੀਡਰ 'ਚ ਸਾਨੂੰ ਫਿਰ ਜਦੋਂ ਅਸੀਂ ਬਿਜਾਈ ਕਰਨੀ ਹੈ ਕਣਕ ਦੀ ਸਿਰਫ ਉਦੋਂ ਹੀ ਸੁਪਰ ਸੀਡਰ ਚਲਾਉਣਾ ਪੈਂਦਾ ਯਾਨੀ ਕਿ ਇੱਕ ਵਾਰ ਪਹਿਲੋਂ ਰੋਟਾਵੇਟਰ ਅਤੇ ਦੂਸਰੀ ਵਾਰ ਹੈਪੀ ਸੀਡਰ ਦੀ ਜਗ੍ਹਾ 'ਤੇ ਜੇ ਆਪਾਂ ਇਕੱਲਾ ਸੁਪਰ ਸੀਡਰ ਵਰਤਦੇ ਹਾਂ ਤਾਂ ਉਹਦੇ ਵਿੱਚ ਕੀ ਹੈ ਪਹਿਲੋਂ ਅਸੀਂ ਆਪਦਾ ਘੋਲ ਪੱਲੇ ਸਪਰੇ ਹੋਈ ਜਾਂਦਾ ਪਿੱਛੇ ਸੁਪਰ ਸੀਡਰ ਉਹਨੂੰ ਮਿੱਟੀ ਦੇ ਵਿੱਚ ਇਨਕੋਪਰੇਟ ਕਰੀ ਜਾਂਦਾ ਅਤੇ ਪਿੱਛੇ ਨਾਲ ਹੀ ਤੀਜੇ ਸਟੈਪ 'ਤੇ ਸੁਪਰ ਸੀਡਰ ਉਹਦੀ ਬਿਜਾਈ ਕਰੀ ਜਾਂਦਾ ਤਾਂ ਇੱਕੋ ਸਟੈਪ ਦੇ ਵਿੱਚ ਤਿੰਨੋਂ ਐਕਟੀਵਿਟੀਜ਼ ਹੋ ਜਾਂਦੀਆਂ ਅਤੇ ਇਸ ਕਾਰਨ
ਜ਼ਿਮੀਦਾਰ ਦਾ ਸਿਰਫ ਇੱਕੋ ਖਰਚਾ ਆਏਗਾ, ਬਿਜਾਈ ਵੇਲੇ ਤਾਂ ਇੱਕ ਵਾਰ ਆਪਾਂ ਟਰੈਕਟਰ ਚਲਾਉਣਾ ਹੀ ਹੁੰਦਾ। ਸੋ ਸਾਡੀ ਕੋਸ਼ਿਸ਼ ਉੱਧਰ ਹੈ, ਬਟ ਸਾਡੇ ਤਜੁਰਬੇ ਸੁਪਰ ਸੀਡਰ ਨਾਲ, ਆਪਦੇ ਕੋਲ ਨਾਲ, ਈਵਨ ਪੂਸਾ ਟੈਕਨੋਲੋਜੀ ਨਾਲ ਸਾਡੇ ਪੂਰੇ ਚੱਲ ਰਹੇ ਹੈ, ਅਤੇ ਉਹ ਜਿਵੇਂ ਤਜੁਰਬੇ ਪੂਰੇ ਹੁੰਦੇ ਹੈ ਅਸੀਂ ਜ਼ਰੂਰ ਸਾਰਿਆਂ ਨਾਲ ਸਾਂਝੇ ਕਰਾਂਗੇ ਅਤੇ ਦੱਸਾਂਗੇ ਕਿ ਟੈਕਨੋਲੋਜੀ ਸਭ ਤੋਂ ਵਧੀਆ ਨਿਕਲ ਕੇ ਆ ਰਹੀ ਹੈ। ਡਾਕਟਰ ਸ਼ਾਮੀ ਕਪੂਰ ਨੇ ਦੱਸਿਆ ਕਿ ਦਿੱਲੀ ਸਰਕਾਰ ਜਾਂ ਫਿਰ ਪੂਸਾ ਵੱਲੋਂ ਜੋ ਕਿਸਾਨਾਂ ਨੂੰ ਤਕਨੀਕ ਦਿੱਤੀ ਜਾ ਰਹੀ ਹੈ ਉਸ ਨਾਲ ਕਿਸਾਨਾਂ ਦਾ ਵੱਧ ਖਰਚਾ ਹੋਵੇਗਾ। ਉਹਨਾਂ ਕਿਹਾ ਕਿ ਪਹਿਲਾਂ ਤਾਂ ਝੋਨਾ ਵੱਢਣ ਤੋਂ ਬਾਅਦ ਕਿਸਾਨਾਂ ਨੂੰ ਮਸ਼ੀਨ ਰਾਹੀਂ ਪਰਾਲੀ ਨੂੰ ਖੇਤਾਂ ਵਿੱਚ ਦੱਬਣਾ ਪਵੇਗਾ, ਉਸ ਤੋਂ ਬਾਅਦ ਜੀਵਾਣੂ ਜਾਂ ਫਿਰ ਛਿੜਕਾਅ ਕਰਨਾ ਪਵੇਗਾ ਅਤੇ ਨਾਲ ਹੀ ਖੇਤ ਵਿੱਚ ਇਸ ਦੌਰਾਨ ਪਾਣੀ ਵੀ ਖੜਾ ਰੱਖਣਾ ਹੋਵੇਗਾ। ਜਦੋਂ 20 ਤੋਂ 25 ਦਿਨ ਬਾਅਦ ਕਣਕ ਬੀਜੀ ਜਾਣੀ ਹੈ ਤਾਂ ਉਦੋਂ ਇਹ ਪਰਾਲੀ ਖੇਤਾਂ ਵਿੱਚ ਰਲ ਜਾਵੇਗੀ। ਉਹਨਾਂ ਕਿਹਾ ਕਿ ਪਰ ਇਸ ਤਕਨੀਕ ਰਾਹੀਂ ਡੀਜ਼ਲ ਦੀ ਵੱਧ ਖਪਤ ਹੋਵੇਗੀ, ਨਾਲ ਹੀ ਕਿਸਾਨ ਨੂੰ ਟਰੈਕਟਰ ਵੱਧ ਚਲਾਉਣਾ ਪਵੇਗਾ ਅਤੇ ਨਾਲ ਹੀ ਖੇਤ ਦੇ ਵਿੱਚ ਪਾਣੀ ਵੀ ਖੜਾ ਕਰਕੇ ਰੱਖਣਾ ਹੋਵੇਗਾ ਕਿਉਂਕਿ ਪਹਿਲਾਂ ਹੀ ਧਰਤੀ ਹੇਠਲਾ ਪਾਣੀ ਘੱਟ ਹੁੰਦਾ ਹੈ, ਡੂੰਘਾ ਹੁੰਦਾ ਜਾ ਰਿਹਾ। ਇਸ ਕਰਕੇ ਇਸ ਤਕਨੀਕ ਨਾਲ ਉਹਨਾਂ ਦੀ ਸੋਚ ਨਹੀਂ ਮਿਲ ਰਹੀ। ਯੂਨੀਵਰਸਿਟੀ ਕਿਸਾਨਾਂ ਦਾ ਖਰਚਾ ਬਚਾਉਣ ਦੇ ਲਈ ਕੋਈ ਅਜਿਹੀ ਤਕਨੀਕ ਲੱਭ ਰਹੀ ਹੈ ਜਿਸ ਤੇ ਬੀਤੇ 4 ਸਾਲਾਂ ਤੋਂ ਕੰਮ ਚੱਲ ਰਿਹਾ ਅਤੇ ਜਲਦ ਹੀ ਉਹ ਕਿਸਾਨਾਂ ਦੇ ਸਾਹਮਣੇ ਆ ਜਾਵੇਗੀ। ਪਾਈ ਨਿਊਜ਼ ਪੰਜਾਬ ਲਈ ਲੁਧਿਆਣਾ ਤੋਂ ਨਰਿੰਦਰ ਕੇ ਮਹਿੰਦਰੂ ਦੀ ਰਿਪੋਰਟ।